ਰਾਜਕੋਟ ਦੇ ਗੇਮ ਜ਼ੋਨ ਚ ਲੱਗੀ ਭਿਆਨਕ ਅੱਗ ਦੀ ਹੁਣ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਹ ਭਿਆਨਕ ਮੰਜ਼ਰ ਰਿਕਾਰਡ ਹੋ ਗਿਆ। ਤਸਵੀਰਾਂ ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਅੱਗ ਵੱਧਦੀ ਗਈ। ਹਾਲਾਂਕਿ ਇਸ ਅੱਗ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਗ ਨੇ ਬੁਝਣ ਦਾ ਨਾਮ ਹੀ ਨਹੀਂ ਲਿਆ। ਤਸਵੀਰਾਂ ਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਇਹ ਅੱਗ ਲੱਗੀ ਤਾਂ ਕੁਝ ਲੋਕ ਆਉਂਦੇ ਨੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਨੇ। ਇੱਥੋਂ ਤੱਕ ਫਾਇਰ ਐਕਸਟੈਂਸ਼ਨ ਨਾਲ ਵੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਗ ਬੁਝਣ ਦਾ ਨਾਮ ਨਹੀਂ ਲੈ ਰਹੀ ਸੀ ਤੇ ਅੱਗ ਨੇ ਸਾਰੇ ਗੇਮ ਜ਼ੋਨ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ। ਤਾਂ ਇਹ ਭਿਆਨਕ ਮੰਜ਼ਰ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਿਆ ਤੇ ਹੁਣ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਦਰਅਸਲ ਗੁਜਰਾਤ ਦੇ ਰਾਜਕੋਟ ਦੇ ਵਿੱਚ ਸ਼ਨੀਵਾਰ ਨੂੰ ਸ਼ਾਮ ਨੂੰ 4:30 ਵਜੇ ਇਹ ਭਿਆਨਕ ਅੱਗ ਲੱਗੀ, ਜਿਸ ਕਾਰਨ 28 ਲੋਕਾਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਦੀਆਂ 8 ਟੀਮਾਂ ਵੀ ਪਹੁੰਚੀਆਂ ਤੇ 3 ਘੰਟੇ ਦੀ ਮਸ਼ਕਤ ਦੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ। 25 ਤੋਂ ਜ਼ਿਆਦਾ ਲੋਕਾਂ ਨੂੰ ਰੈਸਕਿਊ ਕੀਤਾ ਗਿਆ। ਜਾਣਕਾਰੀ ਮੁਤਾਬਿਕ ਗੇਮ ਜ਼ੋਨ ਦੇ ਵਿੱਚ ਅੰਦਰ ਅਤੇ ਬਾਹਰ ਜਾਣ ਦਾ ਇੱਕੋ ਰਸਤਾ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਾਲਾਵਰਡ ਰੋਡ ਸਥਿਤ ਇਸ ਗੇਮ ਜ਼ੋਨ ਦੇ ਵਿੱਚ ਵੀਕਐਂਡ ਦੇ ਕਾਰਨ 500 ਰੁਪਏ ਦਾ ਟਿਕਟ 99 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਸੀ, ਜਿਸ ਕਾਰਨ ਭੀੜ ਬਹੁਤ ਜ਼ਿਆਦਾ ਹੋ ਗਈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਅੱਗ ਕਿਸ ਤਰ੍ਹਾਂ ਲੱਗੀ। ਇਸਦਾ ਸਟਰਕਚਰ ਲੱਕੜੀ ਅਤੇ ਟੀਨ ਸ਼ੈੱਡ ਤੇ ਖੜਾ ਕੀਤਾ ਗਿਆ ਸੀ। ਕਈ ਜਗ੍ਹਾ ਤੇ ਰਿਪੇਅਰਿੰਗ ਅਤੇ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ। ਇੱਕ ਜਗ੍ਹਾ ਪੌੜੀ ਤੇ ਵੈਲਡਿੰਗ ਦੇ ਦੌਰਾਨ ਨਿਕਲੀ ਚਿੰਗਾਰੀ ਤੋਂ ਬਲਾਸਟ ਹੋਇਆ ਤੇ ਆਲੇ ਦੁਆਲੇ ਅੱਗ ਲੱਗ ਗਈ। ਗੇਮ ਜ਼ੋਨ ਦਾ ਗੁੰਬਦ ਕੱਪੜੇ ਅਤੇ ਫਾਈਬਰ ਦਾ ਬਣਿਆ ਹੋਇਆ ਸੀ। ਇਹ ਢਾਂਚਾ ਲੱਕੜ, ਟੀਨ ਅਤੇ ਥਰਮਾਕੋਲ ਦੀਆਂ ਚਾਦਰਾਂ ਦਾ ਬਣਾਇਆ ਹੋਇਆ ਸੀ। ਫਰਸ਼ ਨੂੰ ਰਬੜ ਰੋਲ ਅਤੇ ਥਰਮਾਕੋਲ ਦੇ ਨਾਲ ਢੱਕਿਆ ਹੋਇਆ ਸੀ। ਇਸ ਤੋਂ ਇਲਾਵਾ ਗੇਮ ਜ਼ੋਨ ਦੇ ਵਿੱਚ 2000 ਲੀਟਰ ਡੀਜ਼ਲ ਅਤੇ 1500 ਲੀਟਰ ਪੈਟਰੋਲ ਵੀ ਸਟੋਰ ਕੀਤਾ ਗਿਆ ਸੀ। ਇਸ ਲਈ ਅੱਗ ਕੁਝ ਹੀ ਮਿੰਟਾਂ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਗਈ। ਅੱਗ ਕੁਝ ਮਿੰਟਾਂ ਦੇ ਵਿੱਚ ਹੇਠਾਂ ਤੋਂ ਉੱਪਰ ਤੱਕ ਵੱਧਦੀ ਗਈ। 3 ਮੰਜ਼ਿਲਾ ਢਾਂਚੇ ਦੇ ਵਿੱਚ ਹੇਠਾਂ ਤੋਂ ਉੱਪਰ ਜਾਣ ਲਈ ਸਿਰਫ ਇੱਕ ਪੌੜੀ ਸੀ। ਦੂਜੀ ਅਤੇ ਤੀਜੀ ਮੰਜ਼ਿਲ ਤੇ ਬੈਠੇ ਲੋਕਾਂ ਨੂੰ ਬਚਣ ਦਾ ਮੌਕਾ ਹੀ ਨਹੀਂ ਮਿਲਿਆ। ਲਾਸ਼ਾਂ ਇੰਨੀ ਬੁਰੇ ਤਰੀਕੇ ਨਾਲ ਸੜ ਗਈਆਂ ਕਿ ਪਹਿਚਾਣ ਕਰਨਾ ਵੀ ਮੁਸ਼ਕਿਲ ਹੋ ਗਿਆ। NDA ਟੈਸਟ ਕਰਵਾਉਣੇ ਪਏ। ਰਾਜਕੋਟ ਦੇ ਸਾਰੇ ਗੇਮ ਜ਼ੋਨ ਇਸ ਹਾਦਸੇ ਤੋਂ ਬਾਅਦ ਹੁਣ ਬੰਦ ਕਰ ਦਿੱਤੇ ਗਏ ਨੇ। ਫਿਲਹਾਲ ਇਸ ਭਿਆਨਕ ਮੰਜ਼ਰ ਦੀ ਇਹ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਗ ਨੇ ਆਪਣਾ ਵਿਕਰਾਲ ਰੂਪ ਧਾਰਨ ਕੀਤਾ। ਹਾਲਾਂਕਿ ਲੋਕਾਂ ਵੱਲੋਂ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਗ ਬੁਝਣ ਦਾ ਨਾਮ ਨਹੀਂ ਲੈ ਰਹੀ ਸੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ। 3 ਘੰਟੇ ਦੀ ਮਸ਼ਕਤ ਦੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ, ਪਰ ਉਦੋਂ ਤੱਕ ਉੱਥੇ ਮੌਜੂਦ ਲੋਕ ਇਸ ਅੱਗ ਦੀ ਭੇਂਟ ਚੜ ਚੁੱਕੇ ਸਨ। ਕਈ ਲੋਕ ਇਸ ਅੱਗ ਦੇ ਕਾਰਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ। ਛੋਟੇ ਛੋਟੇ ਮਾਸੂਮ ਇਸ ਅੱਗ ਦੀ ਚਪੇਟ ਦੇ ਵਿੱਚ ਆ ਗਏ। ਫਿਲਹਾਲ ਹੁਣ ਇਹ ਭਿਆਨਕ ਮੰਜ਼ਰ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ।